ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਗੌਰਵ ਸ਼ੁਕਲਾ ਹਾਜ਼ਰ ਹਾਂ ਪੰਜਾਬ ਐਟ 9 ਦੇ ਨਾਲ ਸ਼ੁਰੂਆਤ ਅਲਰਟ ਤੋਂ ਦਿੱਲੀ ਸਪੈਸ਼ਲ ਸੈੱਲ ਦੇ ਇਨਪੁੱਟ ਤੇ ਪੰਜਾਬ ਪੁਲਿਸ ਨੇ ਅਲਰਟ ਜਾਰੀ ਕੀਤਾ ਹੈ ਦਿੱਲੀ ਸਪੈਸ਼ਲ ਸੈੱਲ ਨੇ ਪੰਜਾਬ ਪੁਲਿਸ ਨੂੰ ਇਤਲਾਹ ਦਿੱਤੀ ਹੈ ਕਿ ਅੱਜ ਰਾਤ ਇੱਕ ਗ੍ਰੇ ਰੰਗ ਦੀ ਸਵਿਫਟ ਕਾਰ ਵਿੱਚ ਤਿੰਨ ਦਹਿਸ਼ਤਗਰਦ ਪੰਜਾਬ ਵਿੱਚ ਦਾਖਲ ਹੋ ਸਕਦੇ ਨੇ ਕੀ ਪੰਜਾਬ ਮੁੜ ਤੋਂ ਹੈ ਦਹਿਸ਼ਤਗਰਦਾਂ ਦੇ ਨਿਸ਼ਾਨੇ ਉੱਤੇ ਕਿ ਮੁੜ ਤੋਂ ਪੰਜਾਬ ਤੇ ਮੰਡਰਾ ਰਿਹਾ ਦਹਿਸ਼ਤ ਦਾ ਪਰਛਾਵਾਂ ਪੰਜਾਬ ਤੋਂ ਲੈ ਕੇ ਦਿੱਲੀ ਅਤੇ ਦਿੱਲੀ ਤੋਂ ਲੈ ਕੇ ਮੁੰਬਈ ਤੱਕ ਦਹਿਸ਼ਤਗਰਦੀ ਹਮਲੇ ਦਾ ਖਤਰਾ ਏ ਖੁਫੀਆ ਏਜੰਸੀਆਂ ਅਲਰਟ ਤੇ ਨੇ ਅਤੇ ਪੁਲਿਸ ਮੁਸਤੈਦ ਹੈ ਕਿਉਂਕਿ ਦਹਿਸ਼ਤਗਰਦ ਆਪਣੇ ਨਾਪਾਕ ਮਨਸੂਬਿਆਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਨੇ ਦਿੱਲੀ ਸਪੈਸ਼ਲ ਸੈੱਲ ਦੇ ਇਨਪੁੱਟ ਉੱਤੇ ਪੰਜਾਬ ਪੁਲਿਸ ਨੇ ਅਲਰਟ ਜਾਰੀ ਕੀਤਾ ਹੈ ਦਿੱਲੀ ਸਪੈਸ਼ਲ ਸੈੱਲ ਨੇ ਪੰਜਾਬ ਪੁਲਿਸ ਨੂੰ ਸੂਚਨਾ ਦਿੱਤੀ ਹੈ ਕਿ ਰਾਤ ਨੂੰ ਇੱਕ ਗ੍ਰੇ ਰੰਗ ਦੀ ਸਵਿਫਟ ਕਾਰ ਵਿੱਚ ਤਿੰਨ ਦਹਿਸ਼ਤਗਰਦ ਪੰਜਾਬ ਵਿੱਚ ਦਾਖਲ ਹੋ ਸਕਦੇ ਨੇ ਦੱਸਿਆ ਜਾ ਰਿਹਾ ਹੈ ਕਿ ਦਹਿਸ਼ਤਗਰਦ ਅੱਜ ਰਾਤ ਬਨਿਹਾਲ ਟਨਲ ਤੋਂ ਲੰਘਣਗੇ ਇਹ ਦਹਿਸ਼ਤਗਰਦ ਹਥਿਆਰਾਂ ਨਾਲ ਪੂਰੀ ਤਰ੍ਹਾਂ ਨਾਲ ਲੈਸ ਨੇ ਅਤੇ ਜਿਸ ਕਾਰ ਵਿੱਚ ਦਹਿਸ਼ਤਗਰਦ ਸਵਾਰ ਨੇ ਉਸ ਕਾਰ ਦਾ ਨੰਬਰ ਹੈ JK01AB2654 ਦਹਿਸ਼ਤਗਰਦਾਂ ਦੇ ਨਾਲ ਇੱਕ ਸਥਾਨਕ ਨਾਗਰਿਕ ਦੇ ਹੋਣ ਦੀ ਵੀ ਖਬਰ ਹੈ वो तो जेएन नहीं अलर्ट अकेले पंजाब को नहीं है और जगह भी गया हुआ है और उसमें ये था कि भी उन्होंने कहीं पंजाब से कहीं निकल के कहीं जाना होगा उसके लिए हमें भी ये अलर्ट आया है और अपने चेकिंग वगैरह सभी जगह कही हुई पंजाब पुलिस दे अलर्ट के मुताबिक दहशतगर्दों के निशाने उत्ते देश के बड़े शहर दिल्ली गोवा और मुंबई हो सकते ने दहशतगर्दों के कोल सुसाइड बेल्ट होण दा भी खदशा है ਖਤਰੇ ਦੀ ਇਸ ਘੰਟੀ ਤੋਂ ਬਾਅਦ ਦਿੱਲੀ ਮੁੰਬਈ ਅਤੇ ਪੰਜਾਬ ਸਣੇ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਸੁਰੱਖਿਆ ਵਿਵਸਥਾ ਕਰੜੀ ਕਰ ਦਿੱਤੀ ਗਈ ਹੈ ਨਿਊਜ਼ ਡੈਸਕ ਰਿਪੋਰਟ ਜ਼ੀ ਮੀਡੀਆ ਅਗਲੀ ਖਬਰ ਦਾ ਰੁਖ ਕਰਦੇ ਹਾਂ ਨਾਮਧਾਰੀ ਸੰਪਰਦਾ ਦੀ ਗੁਰੂ ਮਾਤਾ ਚੰਦ ਕੌਰ ਜੀ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਅਜੇ ਤੱਕ ਖਾਲੀ ਹੱਥ ਹੈ ਵਾਰਦਾਤ ਨੂੰ 3 ਦਿਨ ਹੋ ਚੁੱਕੇ ਨੇ ਤੇ ਪੁਲਿਸ ਵੱਲੋਂ ਸ਼ੱਕੀਆਂ ਦੇ ਸਕੈਚ ਵੀ ਜਾਰੀ ਕਰ ਦਿੱਤੇ ਗਏ ਨੇ ਪਰ ਮੁਲਜ਼ਮ ਅਜੇ ਵੀ ਪੁਲਿਸ ਦੇ ਸ਼ਿਕੰਜੇ ਤੋਂ ਬਾਹਰ ਹੀ ਨੇ ਉਧਰ ਅੱਜ ਪੰਜਾਬ ਦੇ DGP ਨੇ ਵੀ ਭੈਣੀ ਸਾਹਿਬ ਜਾ ਕੇ ਮੁਲਜ਼ਮਾਂ ਦੀ ਛੇਤੀ ਗ੍ਰਿਫਤਾਰੀ ਦਾ ਭਰੋਸਾ ਦਿੱਤਾ ਭੈਣੀ ਸਾਹਿਬ ਸਥਿਤ ਨਾਮਧਾਰੀ ਦਰਬਾਰ 'ਚ ਪੁਲਿਸ ਦੀ ਮੌਜੂਦਗੀ ਇਹ ਸਾਬਤ ਕਰ ਰਹੀ ਹੈ ਕਿ ਪੁਲਿਸ ਕਿੰਨੀ ਸੰਜੀਦਗੀ ਨਾਲ ਗੁਰੂ ਮਾਤਾ ਚੰਦ ਕੌਰ ਜੀ ਦੇ ਕਾਤਲਾਂ ਦੇ ਸੁਰਾਗ ਲੱਭ ਰਹੀ ਹੈ ਮਾਮਲੇ ਦੀ ਜਾਂਚ ਲਈ SIT ਦਾ ਗਠਨ ਕੀਤਾ ਜਾ ਚੁੱਕਿਆ ਹੈ ਤੇ ਦੋ ਸ਼ੱਕੀਆਂ ਦੇ ਸਕੈਚ ਵੀ ਜਾਰੀ ਕੀਤੇ ਜਾ ਚੁੱਕੇ ਨੇ ਹੁਣ ਪੰਜਾਬ ਦੇ DGP ਸਣੇ ਪੁਲਿਸ ਦੇ ਸਾਰੇ ਵੱਡੇ ਅਫਸਰ ਵੀ ਇਸ ਮਾਮਲੇ ਤੇ ਨਜ਼ਰ ਬਣਾਏ ਹੋਏ ਨੇ ਪਰ ਮਾਮਲੇ ਦੀ ਜਾਂਚ ਕਿੱਥੋਂ ਤੱਕ ਪਹੁੰਚੀ ਹੈ ਤੇ ਕਦੋਂ ਮਾਤਾ ਜੀ ਦੇ ਕਾਤਲ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਇਸ ਬਾਰੇ ਅਜੇ ਕੋਈ ਵੀ ਟਿੱਪਣੀ ਨਹੀਂ ਕੀਤੀ ਜਾ ਰਹੀ ਸਕੈਚ ਜਾਰੀ ਕਰਨਾ ਤਾਂ ਇੱਕ ਹਿੱਸਾ ਇਨਵੈਸਟੀਗੇਸ਼ਨ ਦਾ और चीज़ें भी होती हैं जिस पे ध्यान देके इन्वेस्टिगेशन आगे बढ़ती है तो आप यकीन करें कि जो हमारे SIT बनाई है दे विल डू अ गुड जॉब उधर नामधारी संप्रदा दे सतगुरु उदय सिंह दा कहना है कि उन्हां नूं पुलिस दी जांच ते भरोसा है पर नाल ही उन्हां शक जताया कि माता चंद कौर जी दे कतल पिछे ठाकुर दिलीप सिंह दा हथ हो सकदा है इस गल च सिर्फ असी नहीं सिर्फ नामधारी नहीं नामधारियों तो बाद भी जिहड़े उन्हां नूं जाणदे ने वो सारे शक दी ਜੋ ਵੀ ਸ਼ੱਕ ਕਰਦੇ ਨੇ ਉਹ ਜ਼ਰੂਰ ਉੱਧਰ ਨੂੰ ਕਰਦੇ ਨੇ ਇਹ ਤਾਂ ਸ਼ੱਕ ਤਾਂ ਜ਼ਰੂਰ ਹੈ ਹੀ ਹੈ ਕਿਉਂਕਿ ਹੋਰ ਇੰਟਰਸਟਡ ਪਾਰਟੀ ਕੋਈ ਨਹੀਂ ਹੈਗੀ ਉਹ ਤਾਂ ਅਵਤਾਰ ਵੇਲੇ ਵੀ ਜਿਹੜਾ ਅਵਤਾਰ ਸਿੰਘ ਵੇਲੇ ਵੀ ਸੀ ਉਹਦੇ ਵਾਸਤੇ ਵੀ ਜਿਹੜਾ ਬੰਬ ਕਾਂਡ ਸੀ ਉਹਦੇ ਵਿੱਚ ਵੀ ਈਵਨ ਪੁਲਿਸ ਵੀ ਜਿਹੜੀ ਪੁਲਿਸ ਵੀ ਉਹ ਵੀ ਬੰਬ ਕਾਂਡ ਵਿੱਚ ਵੀ ਉਹ ਵੀ ਪੁਲਿਸ ਨੂੰ ਇਸ ਚੀਜ਼ ਦਾ ਬਹੁਤ ਨੇੜੇ ਤੱਕ ਹੀ ਵਾਜ ਸਸਪੈਕਟਡ ਇਸ ਗੱਲ 'ਚ ਕੋਈ ਸ਼ੱਕ ਨਹੀਂ ਮਾਤਾ ਚੰਦ ਕੌਰ ਜੀ ਦੇ ਕਤਲ ਨੂੰ 3 ਦਿਨ ਹੋ ਚੁੱਕੇ ਨੇ ਪਰ ਅਜੇ ਤੱਕ ਉਹਨਾਂ ਦੇ ਕਾਤਲਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ ਨਾਮਧਾਰੀ ਸੰਪਰਦਾ 'ਚ ਇਸ ਵਾਰਦਾਤ ਤੋਂ ਬਾਅਦ ਭਾਰੀ ਰੋਸ ਹੈ ਨਵੀਨ ਸ਼ਰਮਾ ਜ਼ੀ ਮੀਡੀਆ ਲੁਧਿਆਣਾ ਅਗਲੀ ਖਬਰ ਦਾ ਰੁਖ ਕਰਦੇ ਹਾਂ ਖਬਰ ਸਿਆਸਤ ਦੇ ਨਾਲ ਜੁੜੀ ਹੋਈ ਪੰਜਾਬ ਚ ਮਗਦੇ ਚੋਣ ਅਖਾੜੇ ਵਿਚਾਲੇ ਆਮ ਆਦਮੀ ਪਾਰਟੀ ਪੂਰੇ ਜ਼ੋਰ ਸ਼ੋਰ ਨਾਲ ਮਿਸ਼ਨ ਪੰਜਾਬ ਨੂੰ ਫਤਿਹ ਕਰਨ ਦੇ ਵਿੱਚ ਲੱਗੀ ਹੋਈ ਹੈ ਪਾਰਟੀ ਨੇ ਜੂਨ ਮਹੀਨੇ ਤੱਕ ਆਪਣੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰਨ ਦੀ ਗੱਲ ਕਹੀ ਹੈ ਆਮ ਆਦਮੀ ਪਾਰਟੀ ਜੂਨ ਮਹੀਨੇ ਤੱਕ ਆਪਣੇ ਸਾਰੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦੇਵੇਗੀ ਤੇ ਨਾਲ ਹੀ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਦਾ ਨਾਮ ਵੀ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਜਾਵੇਗਾ ਇਸ ਗੱਲ ਦਾ ਐਲਾਨ ਆਪ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਨੇ ਫਿਰੋਜ਼ਪੁਰ ਵਿਖੇ ਕੀਤਾ ਉਹਨਾਂ ਕਿਹਾ ਕਿ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਪੰਜਾਬ ਤੋਂ ਹੀ ਹੋਵੇਗਾ
आप कीजिए कि जून तक सारे कैंडिडेट्स हम लोग अनाउंस कर देंगे और हमारी प्राथमिकता ये है कि जो प्रत्याशी है उसको एक एक घर के लोग पहचाने, अपने प्रत्याशी को लोग जाने। तो इसके लिए कम से कम प्रचार के लिए 5-6 महीने का समय देना पड़ेगा। केजरीवाल जी हमारी पार्टी के राष्ट्रीय संयोजक हैं, दिल्ली के मुख्यमंत्री हैं और पूरी पार्टी को ताकत मिलती है उनसे। पूरे देश में वो पार्टी के प्रचार करने के लिए जाते हैं, पंजाब में भी वो पूरा समय देंगे। पंजाब च चोण माहौल पखता जा रहा है, सारिया पार्टियां वख-वख मुद्दे लेके जनता की कचहरी च पहुंच रही हैं। पार्टियां वालों जत्थेबंदी नूं मजबूत करने लिए बूथ पद्धर तो मुहिम मिढ़ी गई है। उम्मीदवारों की चोण प्रक्रिया पार्टियां लिए सब तो वध मुश्किल वाला काम हुंदा है। ते जे आम आदमी पार्टी के आगुआं के बयान की मनीए तो शायद आप इस बार पार्टी उम्मीदवार के नाम च मोहरी पार्टी साबित होगी। गुरदर्शन संधु, जी मीडिया, फिरोजपुर। अगे वध्दे ते गल SYL दी। सुप्रीम कोर्ट की सख्ती तो बाद SYL ते चल रही जमीनी सरगर्मियां तो रुक चुकिया ने, पर बयानबाजियां दा दौर हले भी जारी है। दिल्ली सरकार दे सुप्रीम कोर्ट च SYL ते स्टैंड नूं लैके हुण विरोधियों ने केजरीवाल ते निशाना लगाया। SYL ते सुप्रीम कोर्ट च चल रही सुनवाई दौरान सारे सूबे आपो अपना पक्ष पेश कर रहे। ਸੂਬਿਆਂ ਦੇ ਇਹੀ ਪੱਖ ਉਹਨਾਂ ਦੇ ਸਿਆਸਤਦਾਨਾਂ ਦੀ ਬਿਆਨਬਾਜ਼ੀ ਦੀ ਹਕੀਕਤ ਵੀ ਸਾਹਮਣੇ ਰੱਖ ਰਹੀ। ਦਿੱਲੀ ਸਰਕਾਰ ਵੱਲੋਂ SYL ਤੇ ਰੱਖੇ ਗਏ ਪੱਖ ਤੇ ਸਵਾਲ ਖੜੇ ਹੋ ਗਏ। ਦਿੱਲੀ ਸਰਕਾਰ ਦੇ ਪੱਖ ਨੂੰ ਮੁੱਦਾ ਬਣਾ ਕੇ ਪੰਜਾਬ ਦੀ ਹੁਕਮਰਾਨ ਅਤੇ ਵਿਰੋਧੀ ਧਿਰ ਨੇ ਕੇਜਰੀਵਾਲ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਨੂੰ ਕੇਜਰੀਵਾਲ ਦਾ ਪੰਜਾਬ ਦੀ ਜਨਤਾ ਨਾਲ ਧੋਖਾ ਕਹਿ ਨਿੰਦਿਆ ਤਾਂ ਕਾਂਗਰਸ ਨੇ ਕੇਜਰੀਵਾਲ ਤੇ ਦੋਗਲੀ ਨੀਤੀ ਅਪਣਾਉਣ ਦਾ ਇਲਜ਼ਾਮ ਲਾਇਆ। ਹੁਣ ਆਮ ਆਦਮੀ ਨੇ ਕਹਿ ਦਿੱਤਾ, ਉੱਥੇ ਜਾ ਕੇ ਬਿਆਨ ਦਿੱਤਾ ਕਿ SYL ਨਹੀਂ ਪਟਣੀ ਚਾਹੀਦੀ, ਜਾਂ ਉਹ ਕਵੇ ਕਿ ਪਟਣੀ ਚਾਹੀਦੀ ਹੈ ਕਿ ਨਹੀਂ ਪਟਣੀ ਚਾਹੀਦੀ। ਨਹੀਂ ਕਲੀਅਰ ਹੈ ਉਹ ਤਾਂ ਤੁਸੀਂ ਸਵਾਲ ਮੈਂ ਕਰਦਾ ਕਿ ਜੀ ਸਾਡਾ ਪਾਣੀ ਖੋਣ ਦੇ ਤੁਸੀਂ ਹੱਕ 'ਚੋਂ, ਨਹੀਂ ਤਾਂ ਜਵਾਬ ਦਿਓ। ਜਦੋਂ ਪੰਜਾਬ 'ਚ ਆਇਆ ਕਹਿੰਦਾ ਇੱਕ ਬੂੰਦ ਪਾਣੀ ਬਾਹਰ ਨਹੀਂ ਜਾਣਾ ਚਾਹੀਏ, ਪੰਜਾਬ ਕਾ ਪਾਣੀ ਹੈ। ਉਹ ਦਿਨ ਹੀ ਸ਼ਾਮ ਨੂੰ ਜਾ ਕੇ ਦਿੱਲੀ 'ਚ ਕਹਿੰਦਾ ਕਿ ਪੰਜਾਬ ਕਾ ਵੀ ਪਾਣੀ ਹੈ, ਹਰਿਆਣੇ ਕਾ ਵੀ, ਦਿੱਲੀ ਬੇਮੀ। ਔਰ ਅਬ ਐਫੀਡੇਵਿਟ ਦੇ ਦਿਆ ਸੁਪਰੀਮ ਕੋਰਟ ਮੇ ਕਿ ਹਰਿਆਣੇ ਕਾ ਪਾਣੀ ਔਰ ਦਿੱਲੀ ਕਾ ਪਾਣੀ ਹੈ। ਇਹ ਤਾਂ ਝੂਠ ਬੋਲਤਾ ਹੈ, ਜਾ ਜਾ ਉਸਕੋ ਸੂਟ ਕਰੇ ਵਹੀ ਬਾਤ ਕਰ। ਪਾਣੀਆਂ ਦੇ ਮੁੱਦੇ ਤੇ ਹਰ ਪਾਰਟੀ ਖੁਦ ਨੂੰ ਸਭ ਤੋਂ ਵੱਡਾ ਕਿਸਾਨ ਹਿਤੈਸ਼ੀ ਸਾਬਤ ਕਰਨ 'ਚ ਜੁਟੀ ਹੋਈ ਹੈ। ਪਾਣੀ ਦਾ ਮੁੱਦਾ ਕਿਸਾਨੀ ਨਾਲ ਜੁੜਿਆ, ਕਿਸਾਨ ਵੱਡਾ ਵੋਟ ਬੈਂਕ ਨੇ ਤੇ ਚੋਣਾਂ ਤੋਂ ਪਹਿਲਾਂ ਕੋਈ ਵੀ ਕਿਸਾਨਾਂ ਦੀ ਨਾਰਾਜ਼ਗੀ ਨਹੀਂ ਸਹਿਣਾ ਚਾਹੁੰਦਾ। ਸਰ ਤੋਂ ਜਸਵਿੰਦਰ ਬੱਬਰ ਦੇ ਨਾਲ ਵਿਜੇ ਕਪੂਰ, ਜ਼ੀ ਮੀਡੀਆ, ਰੋਪੜ। SYL ਦਾ ਮੁੱਦਾ ਬਹੁਤ ਵੱਡਾ ਹੈ, ਪੰਜਾਬ ਦੇ ਵਿੱਚ ਇੱਕ ਹੋਰ ਮੁੱਦਾ ਵੀ ਹੈ, ਨਸ਼ਿਆਂ ਦਾ ਮੁੱਦਾ। ਜੀ ਹਾਂ, ਸੂਬੇ 'ਚ ਭਖੀ ਨਸ਼ਿਆਂ ਦੇ ਮੁੱਦੇ 'ਤੇ ਸਿਆਸਤ ਦੇ ਵਿੱਚ ਨਵਾਂ ਮੋੜ ਆਇਆ। ਹੁਣ ਕਾਂਗਰਸ 'ਚੋਂ ਬਰਤਰਫ ਕੀਤੇ ਗਏ ਆਗੂ ਨੇ ਆਪਣੇ ਹੀ ਸੂਬਾ ਪ੍ਰਧਾਨ 'ਤੇ ਸਮੱਗਲਰਾਂ ਦੀ ਪੁਸ਼ਤ ਪਨਾਹੀ ਦੇ ਇਲਜ਼ਾਮ ਲਗਾਏ ਨੇ। ਕੈਪਟਨ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਰਹੇ ਨੇ, ਤਾਂ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਹੀ ਵਿਰੋਧੀਆਂ ਨੇ ਕੈਪਟਨ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਦੀਆਂ ਵੱਖ-ਵੱਖ ਆਗੂਆਂ ਨਾਲ ਤਸਵੀਰਾਂ ਦਿਖਾ ਰਿਹਾ ਇਹ ਸ਼ਖਸ ਹੈ ਪੀਟਰ ਸੰਧੂ। ਪੀਟਰ ਸੰਧੂ ਨੂੰ ਕਿਸੇ ਵੇਲੇ ਕੈਪਟਨ ਦਾ ਖਾਸਮ ਖਾਸ ਮੰਨਿਆ ਜਾਂਦਾ ਸੀ, ਹੁਣ ਪੀਟਰ ਹੀ ਕੈਪਟਨ ਤੇ ਨਸ਼ਿਆਂ ਦੇ ਸੌਦਾਗਰਾਂ ਦੀ ਪੁਸ਼ਤ ਪਨਾਹੀ ਦੇ ਇਲਜ਼ਾਮ ਲਗਾ ਰਿਹਾ। ਪੀਟਰ ਦਾ ਕਹਿਣਾ ਕਿ ਕਾਂਗਰਸੀ ਆਗੂਆਂ ਦੇ ਨਸ਼ੇ ਸੌਦਾਗਰਾਂ ਨਾਲ ਰਿਸ਼ਤਿਆਂ ਦਾ ਖੁਲਾਸਾ ਕਰਨ ਤੇ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਬਿਨਾਂ ਕੋਈ ਨੋਟਿਸ ਦਿੱਤੇ। ਕਿਉਂ ਕੱਢਿਆ, ਕਿਹਦੇ ਦਬਾਅ ਥੱਲੇ ਕੱਢਿਆ, ਇਸ ਦਾ ਮੈਂ ਬੜਾ ਸਪਸ਼ਟ ਤੌਰ 'ਤੇ ਕਹਿ ਰਿਹਾ ਕਿ ਸਰਦਾਰ ਗੁਰਚੇਤ ਸਿੰਘ ਭੁੱਲਰ, ਉਹਨਾਂ ਦੇ ਬੇਟੇ ਸੁਖਪਾਲ ਸਿੰਘ ਭੁੱਲਰ, ਉਹਨਾਂ ਦੇ ਦਬਾਅ ਹੇਠ ਮੈਨੂੰ ਇੱਥੋਂ ਪਾਰਟੀ 'ਚੋਂ ਕੱਢਿਆ ਗਿਆ, ਕਿਉਂਕਿ ਉਹਨਾਂ ਦੇ ਸੰਬੰਧ ਸਮੇਂ ਤੋਂ ਮੈਂ ਨਸ਼ਾ ਸਮੱਗਲਰਾਂ ਨਾਲ ਐਕਸਪੋਜ਼ ਕਰਦਾ ਰਿਹਾ। ਪਰ ਇੰਸਟੈਡ ਆਫ ਟੇਕਿੰਗ ਐਕਸ਼ਨ ਅਗੇਂਸਟ ਦੈਮ, ਦ ਐਕਸ਼ਨ ਹੈਜ਼ ਬੀਨ ਟੇਕਨ ਅਗੇਂਸਟ ਮੀ ਟਵਾਈਸ। ਇਲਜ਼ਾਮਾਂ 'ਤੇ ਸਪਸ਼ਟੀਕਰਨ ਦੇਣ ਕੈਪਟਨ ਅਮਰਿੰਦਰ ਸਿੰਘ ਵੀ ਸਾਹਮਣੇ ਆਏ ਅਤੇ ਕਿਹਾ ਕਿ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾਏ ਜਾਣ ਤੋਂ ਬਾਅਦ ਪੀਟਰ ਸੰਧੂ ਅਜਿਹੀ ਗਲਤ ਬਿਆਨੀ ਕਰ ਰਿਹਾ। ਕੈਪਟਨ ਸਪਸ਼ਟੀਕਰਨ ਦੇ ਰਹੇ ਨੇ, ਪਰ ਵਿਰੋਧੀ ਬਿਨਾਂ ਕੋਈ ਮੌਕਾ ਖੁੰਝਾਏ ਕੈਪਟਨ ਦੇ ਦੋਹਰਾ ਰਵੱਈਆ ਅਪਣਾਉਣ ਦੇ ਇਲਜ਼ਾਮ ਲਾ ਰਹੇ। ਜਦ 3 ਇਲੈਕਸ਼ਨ ਆਈਆਂ, 3 ਇਲੈਕਸ਼ਨ ਇਹਨੇ ਸਾਡੇ ਕੈਂਡੀਡੇਟਸ ਦੇ ਖਿਲਾਫ਼ ਕੰਮ ਕੀਤਾ ਤਾਂ ਮੈਂ ਪਾਰਟੀ ਤੋਂ ਇਹਨੂੰ ਐਕਸਪੈਲ ਕਰਤਾ ਸੀ, ਇਹਨੂੰ ਬਾਜਵਾ ਨੇ ਵਾਪਸ ਲਿੱਤਾ। ਹੁਣ ਫਿਰ ਇਹ ਇਨਡਿਸਿਪਲਿਨ ਦਾ ਕੰਮ ਕਰ ਰਿਹਾ, ਮੈਂ ਫਿਰ ਇਹਨੂੰ ਐਕਸਪੈਲ ਕਰਤਾ। ਭਗਵੰਤ ਮਾਨ ਨੂੰ ਛੱਡੋ, ਮੈਂ ਜਿਹੜੀ ਗੱਲ ਕਹੀ ਹੈ ਅਸਲੀ ਇਹ ਹੈ। ਪਿਛਲੇ ਦਿਨੀ ਕੈਪਟਨ ਸਾਹਿਬ ਨੇ ਆਪਣਾ ਇੱਕ ਬਹੁਤ ਹੀ ਨੇੜਲਾ ਸਾਥੀ ਪੀਟਰ ਸੰਧੂ, ਜਿਹੜੇ ਤਰਨ ਤਾਰਨ ਤੋਂ ਨੇ, ਕਾਂਗਰਸ ਦੇ ਲੀਡਰ ਸੀ, ਉਹਨਾਂ ਨੂੰ ਪਾਰਟੀ 'ਚੋਂ ਕੱਢਤਾ। ਤੇ ਪੀਟਰ ਸੰਧੂ ਨੇ ਫਿਰ ਬਾਅਦ 'ਚ ਦੱਸਿਆ ਕਿ ਮੈਂ ਕੁਝ ਸਮੱਗਲਰਾਂ ਦੇ ਨਾਮ ਲੈ ਰਿਹਾ ਸੀਗਾ ਜਿਹੜੇ ਪਾਰਟੀ ਨਾਲ ਇਨਵੋਲਵ ਨੇ, ਜਾਂ ਪਾਰਟੀ ਉਹਨਾਂ ਨੂੰ ਸਪੋਰਟ ਕਰਦੀ ਹੈ ਕਿ ਆਪਾਂ ਨੂੰ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ। ਇੱਕ ਪਾਸੇ ਆਪਾਂ ਨਸ਼ਿਆਂ ਨੂੰ ਦੂਰ ਕਰਨ ਦੀ ਗੱਲ ਕਰਦੇ, ਦੂਜੇ ਪਾਸੇ ਸਮੱਗਲਰਾਂ ਦੀ ਆਪਾਂ ਸਪੋਰਟ ਕਰ ਰਹੇ ਹਾਂ।
ਤਾਂ ਇਸੇ ਗੱਲ ਤੋਂ ਦੁਖੀ ਹੋ ਕੇ ਕੈਪਟਨ ਸਾਹਿਬ ਨੇ ਉਹਨੂੰ ਬਾਹਰ ਕੱਢਤਾ। ਸੂਬੇ 'ਚ ਨਸ਼ਿਆਂ ਦੇ ਮੁੱਦੇ ਤੇ ਸਿਆਸਤ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ 'ਚ ਗਲਦਾਨ ਹੋ ਤਬਾਹੀ ਦੇ ਕੰਢੇ ਪਹੁੰਚ ਗਈ ਹੈ। ਪੀਟਰ ਸੰਧੂ ਦੇ ਇਲਜ਼ਾਮ ਗੰਭੀਰ ਨੇ, ਪਰ ਇਲਜ਼ਾਮਾਂ 'ਚ ਕਿੰਨੀ ਸੱਚਾਈ ਹੈ, ਇਸ ਦੇ ਲਈ ਜ਼ਰੂਰਤ ਹੈ ਢੁਕਵੀਂ ਚਾਹੀ। ਤਰਨ ਤਾਰਨ ਤੋਂ ਮਨੀਸ਼ ਸ਼ਰਮਾ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਦੇ ਨਾਲ ਵਿਜੇ ਕਪੂਰ, ਜ਼ੀ ਮੀਡੀਆ, ਰੋਪੜ। ਉਦੋਂ 2017 ਦੀ ਵਿਧਾਨ ਸਭਾ ਚੋਣਾਂ ਵਿੱਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਜੋੜਨ ਦੇ ਲਈ, ਚੋਣ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਉਣ ਦੇ ਲਈ ਪੰਜਾਬ ਚੋਣ ਕਮਿਸ਼ਨ ਵੱਲੋਂ ਖਾਸ ਪ੍ਰੋਗਰਾਮ ਬਣਾਇਆ ਗਿਆ। ਕਮਿਸ਼ਨ 2017 ਵਿੱਚ ਵੋਟਰ ਵੈਰੀਫਿਕੇਸ਼ਨ ਪੇਪਰ ਟੈਲਰ ਲਾਉਣ ਜਾ ਰਿਹਾ, ਜਿਸ ਨਾਲ ਤੁਹਾਡੀ ਵੋਟ ਸਹੀ ਜਗ੍ਹਾ ਗਿਆ ਹੈ ਉਸ ਦੀ ਤਸਦੀਕ ਕੀਤੀ ਜਾ ਸਕੇਗੀ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨੌਜਵਾਨ ਵੋਟਰਾਂ ਦਾ ਵੱਡਾ ਰੋਲ ਹੋਵੇਗਾ। ਹਰ ਸਿਆਸੀ ਪਾਰਟੀ ਦੀਆਂ ਨਜ਼ਰਾਂ ਨੌਜਵਾਨ ਵੋਟਰਾਂ 'ਤੇ ਨੇ, ਤਾਂ ਪੰਜਾਬ ਚੋਣ ਕਮਿਸ਼ਨ ਨੇ ਵੀ ਨੌਜਵਾਨ ਵੋਟਰਾਂ ਨੂੰ ਵੱਧ ਤੋਂ ਵੱਧ ਜੋੜਨ ਦੇ ਲਈ ਇੱਕ ਵਿਸ਼ੇਸ਼ ਮੁਹਿੰਮ ਵਿੱਢਣ ਦਾ ਐਲਾਨ ਕੀਤਾ। ਕਾਲਜਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ। ਯੂਨੀਵਰਸਿਟੀ ਅਤੇ ਕਾਲਜਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਿਦਿਆਰਥੀਆਂ ਦੀ ਲਿਸਟ ਤਿਆਰ ਕਰਨ ਜਿਨ੍ਹਾਂ ਦੀਆਂ ਵੋਟਾਂ ਨਹੀਂ ਬਣੀਆਂ। ਸਿਰਫ ਇੰਨਾ ਹੀ ਨਹੀਂ, ਫਰਜ਼ੀ ਵੋਟਰਾਂ 'ਤੇ ਵੀ ਲਗਾਮ ਲਾਉਣ ਦੇ ਲਈ ਚੋਣ ਕਮਿਸ਼ਨ ਨੇ ERO ਨੂੰ ਜਿਨ੍ਹਾਂ ਲੋਕਾਂ ਦੀ ਮੌਤ ਹੋ ਗਈ ਹੈ ਉਹਨਾਂ ਦਾ ਡਾਟਾ ਆਨਲਾਈਨ ਮੁਹੱਈਆ ਕਰਵਾਏਗਾ, ਤਾਂ ਜੋ ਉਹਨਾਂ ਦੇ ਨਾਮ ਵੋਟਰ ਲਿਸਟ ਤੋਂ ਕੱਢ ਦਿੱਤੇ ਜਾ ਸਕਣ। ਹਮੇ ਲਿਸਟ ਕਾਲਜ ਵਾਲੇ ਇਸ ਬਣਾ ਕੇ ਦੇਂਗੇ ਜੋ ਵੀ ਇਹ ਬੱਚੇ ਹਮਾਰੇ ਅਭੀ ਸ਼ਾਮਿਲ ਨਹੀਂ ਹੈ, ਫਿਰ ਉਨਕੋ ਫੋਕਸਡ ਐਕਸਰਸਾਈਜ਼ ਕੇ ਤੌਰ ਪਰ ਬੰਦੇ ਭੇਜ ਕੇ ਫਾਰਮ ਭਰਵਾ ਕੇ ਹਮ ਉਨਕੀ ਬਨਵਾਏਂਗੇ। ਜਿਤਨੇ ਡੈਥ ਰਜਿਸਟਰਾਰ ਹੈ ਨਾ, ਉਨਕੀ ਲਿਸਟ ਹਮ ਸਭੀ ERO ਕੋ ਅਵੇਲੇਬਲ ਇਲੈਕਟ੍ਰੋਨਿਕਲੀ ਕਰਾਨੇ ਕੀ ਕੋਸ਼ਿਸ਼ ਕਰ ਰਹੇ ਹੈ, ਵੀ ਸੀਧਾ ਇਹ ਲਿਸਟ ਆ ਜਾਏ, ਔਰ ਡੈਥ ਸਰਟੀਫਿਕੇਟ ਮੇ ਅਗਰ ਨਾਮ ਲੋਕੇਟ ਹੋ ਜਾਤਾ ਤਾਂ ਉਸਕੇ ਲੀਏ ਫਿਰ ਕਾਗਜ਼ ਕੁਗਜ਼ ਕੀ ਕਾਰਵਾਈ ਆ ਜਾਏ। ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਚੋਣ ਕਮਿਸ਼ਨ 2017 ਵਿੱਚ ਵੋਟਰ ਵੈਰੀਫਿਕੇਸ਼ਨ ਪੇਪਰ ਟ੍ਰੇਲ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਸ਼ੁਰੂ ਕਰਨ ਜਾ ਰਹੀ ਹੈ। ਇਹ ਮਸ਼ੀਨ ਤੋਂ ਨਿਕਲੀ ਪਰਚੀ ਤੁਹਾਡੀ ਤਸੱਲੀ ਕਰਵਾਏਗੀ ਕਿ ਤੁਹਾਡੀ ਵੋਟ ਸਹੀ ਉਮੀਦਵਾਰ ਨੂੰ ਪਈ ਹੈ। ਗਿਣਤੀ ਦੌਰਾਨ ਸ਼ੱਕ ਹੋਣ ਤੇ ਵੀ ਕੋਈ ਵੀ ਉਮੀਦਵਾਰ ਇਹਨਾਂ ਪਰਚੀਆਂ ਦੀ ਗਿਣਤੀ ਕਰਵਾ ਸਕਦਾ ਹੈ। ਆ ਰਹੇ ਹਮ ਹਰ ਮਸ਼ੀਨ ਕੇ ਸਾਥ ਬੈਟਰੀ ਕੇ ਸਾਥ ਉਸਮੇ ਲਗੇਗਾ ਪ੍ਰਿੰਟਰ, ਉਹ ਪ੍ਰਿੰਟ ਮੇ ਉਸਕਾ ਨਾਮ ਔਰ ਉਸਕਾ ਸਿੰਬਲ ਪ੍ਰਿੰਟ ਹੋ ਕੇ ਨਿਕਲੇਗਾ ਔਰ ਦਿਖੇਗਾ ਉਸਕੋ ਇੱਕ ਗਲਾਸ ਕੇ ਪੀਛੇ ਰਹੇਗਾ, ਪਰਚੀ ਛਪਤੇ ਹੋਏ ਦਿਖੇਗੀ ਆਪਕੋ ਸਭ, ਇੱਕ ਲਿਫਾਫੇ ਮੇ ਸੀਲ ਕਰਕੇ ਰੱਖਾ ਜਾਏਗਾ। ਐਟ ਦੀ ਟਾਈਮ ਆਫ ਪਟੀਸ਼ਨ ਓਨਲੀ ਇਟ ਕੈਨ ਬੀ ਕਾਊਂਟਡ, ਕੋਈ ਉਸਕੀ ਕਾਊਂਟਿੰਗ ਨਹੀਂ ਹੋਗੀ, ਅਭੀ ਕੇਵਲ ਵੋਟਰ ਉਸਕੋ ਦੇਖ ਸਕੇਗਾ ਔਰ ਇਨ ਕੇਸ ਆਫ ਸਮ ਹਿਊਜ ਡਿਸਪਿਊਟ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਸਾਲ ਤੋਂ ਘੱਟ ਵੇਲਾ ਬਚਿਆ। ਚੋਣ ਕਮਿਸ਼ਨ ਮੁਤਾਬਕ ਇਸ ਵਕਤ ਪੰਜਾਬ ਵਿੱਚ 1,91,00,000 ਵੋਟਰ ਨੇ। ਵੱਧ ਤੋਂ ਵੱਧ ਵੋਟਰਾਂ ਨੂੰ ਜੋੜਨ ਦੇ ਲਈ ਕਮਿਸ਼ਨ ਨੇ ਹੁਣ ਕਮਰ ਕੱਸ ਲਈ ਹੈ। ਚੋਣ ਕਮਿਸ਼ਨ ਦੀ ਇਹ ਮੁਹਿੰਮ ਤਾਂ ਹੀ ਸਫਲ ਹੋਏਗੀ ਜਦੋਂ ਤੁਹਾਡਾ ਸਾਥ ਮਿਲੇਗਾ। ਜਗਤਾਰ ਭੁੱਲਰ, ਜ਼ੀ ਮੀਡੀਆ, ਚੰਡੀਗੜ੍ਹ। ਤਾਂ ਆਪਣੀ ਵੋਟ ਜ਼ਰੂਰ ਬਣਵਾਓ ਚੋਣਾਂ ਤੋਂ ਪਹਿਲਾਂ। ਅੱਗੇ ਵੱਧਦਿਆਂ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਆਏ ਦਿਨ ਸੁਰਖੀਆਂ ਬਣ ਰਹੀਆਂ ਨੇ ਅਤੇ ਸਰਕਾਰਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਕਰਨ ਤੋਂ ਬਾਅਦ ਮਦਦ ਕਰਨ ਦੇ ਦਾਅਵੇ ਵੀ ਕਰ ਰਹੀਆਂ ਨੇ। ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਕਰਜ਼ ਥੱਲੇ ਦੱਬੇ ਇੱਕ ਕਿਸਾਨ ਨੇ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ। ਇੱਕ ਹੋਰ ਘਰ 'ਚ ਸੱਥਰ ਵੇਚ ਚੁੱਕਿਆ ਹੈ, ਇੱਕ ਹੋਰ ਕਿਸਾਨ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਹੈ, ਇੱਕ ਹੋਰ ਪਰਿਵਾਰ ਨੇ ਕਰਜ਼ੇ ਦੀ ਵਜ੍ਹਾ ਕਰਕੇ ਆਪਣਾ ਜੀ ਗਵਾ ਦਿੱਤਾ ਹੈ, ਕਰਜ਼ੇ ਦੇ ਦੈਂਤ ਨੇ ਇਸ ਘਰ ਨੂੰ ਵੀ ਆਪਣਾ ਸ਼ਿਕਾਰ ਬਣਾ ਲਿਆ, ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਵਾਰ ਫਸਲ ਖਰਾਬ ਹੋਣ ਕਰਕੇ ਸਿਰ 'ਤੇ ਲੱਖਾਂ ਦਾ ਕਰਜ਼ਾ ਚੜ੍ਹ ਚੁੱਕਿਆ ਸੀ, ਪਰ ਮਦਦ ਦੇ ਹੱਥ ਕਿਤੋਂ ਨਹੀਂ ਆਏ, ਕੋਈ ਰਸਤਾ ਮਿਲਦਾ ਨਾ ਵੇਖ ਗੁਰਚਰਨ ਸਿੰਘ ਨੇ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ ਅਤੇ ਹੁਣ ਉਸ ਦੇ ਪਿੱਛੇ ਉਸਦਾ ਪਰਿਵਾਰ ਰੋ ਰੋ ਕੇ ਬੇਹਾਲ ਹੋ ਰਿਹਾ ਹੈ। ਮਾਮਲਾ ਬਠਿੰਡਾ ਦੇ ਪਿੰਡ ਫੂਲ ਚੋਟੀਆਂ ਦਾ ਹੈ, ਜਿੱਥੇ ਲੱਖਾਂ ਰੁਪਇਆ ਦਾ ਕਰਜ਼ਾ ਮੋੜਨ 'ਚ ਅਸਮਰੱਥ ਗੁਰਚਰਨ ਸਿੰਘ ਨਾਂ ਦੇ ਕਿਸਾਨ ਨੇ ਮੌਤ ਨੂੰ ਗਲੇ ਲਾ ਲਿਆ। ਮ੍ਰਿਤਕ ਗੁਰਚਰਨ ਸਿੰਘ ਕੋਲ 2 acres ਜ਼ਮੀਨ ਸੀ ਅਤੇ 8 acres ਜ਼ਮੀਨ ਉਸਨੇ ਠੇਕੇ 'ਤੇ ਲਈ। ਪਹਿਲਾਂ ਚਿੱਟੀ ਮੱਖੀ ਨੇ ਨਰਮੇ ਦੀ ਫਸਲ ਬਰਬਾਦ ਕੀਤੀ, ਫਿਰ ਆਲੂ ਦੀ ਫਸਲ ਖਰਾਬ ਹੋਈ ਅਤੇ ਫਿਰ ਬੇਮੌਸਮੀ ਮੀਂਹ ਪੈਣ ਨਾਲ ਕਣਕ ਦੀ ਫਸਲ ਵੀ ਨਹੀਂ ਬਚੀ। ਕਰਜ਼ੇ ਦਾ ਕਰਕੇ ਪਰੇਸ਼ਾਨ ਰਹਿੰਦਾ ਸੀ, ਪੈਸੇ ਸਿਰ ਹੋ ਗਏ। ਇੱਕ ਮੁੰਡਾ ਹੈ ਜੋ ਨਾ ਪੜ੍ਹਿਆ ਹੋਇਆ ਨਾ ਅਨਪੜ੍ਹ ਹੈ, ਕੋਈ ਰਾਜਨੀਤੀ ਵਾਲਾ ਨਹੀਂ ਆਇਆ, ਕੋਈ ਹੋਰ ਸਰਕਾਰੀ ਬੰਦਾ ਨਹੀਂ ਆਇਆ, ਕੋਈ ਨਹੀਂ ਆਇਆ। ਉਧਰ ਪ੍ਰਸ਼ਾਸਨ ਦਾਅਵੇ ਕਰ ਰਿਹਾ ਹੈ ਕਿ ਉਹਨਾਂ ਵੱਲੋਂ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਵੇਲਾ ਰਹਿੰਦੇ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਹੁਣ ਤੱਕ ਬਠਿੰਡਾ ਜ਼ਿਲ੍ਹੇ 'ਚ 54 ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾ ਚੁੱਕਿਆ ਹੈ। ਉਸਦੇ ਲਈ ਸਾਨੂੰ ਸਖ਼ਤੀ ਨਾਲ ਕਿਹਾ ਹੈ
कि जिस दिन किसान की इस तरह की कोई घटना हो रही है कोशिश है कि एक दिन के अंदर अंदर उस किसान नूं मुआवजा दिता जाए। असी भी अपने सारे अधिकारियों नूं इहदे संबंधी हिदायत कर दी है। प्रशासन वालों दावा किया जा रहा है सरकारी हुक्मां मुताबक खुदकुशी करने वाले किसान नूं एक ही दिन विच मुआवजा दिते जाण दी कोशिश की जाती है, पर सवाल यह है कि कर्जे हेठ दबे किसानों की पहला ही माली मदद क्यों नहीं की जाती ता जो उन्होंने खुदकुशी वर्गा कदम ना चुकना पवे। बठिंडा तो गोबिंद सैनी दे नाल न्यूज़ डेस्क रिपोर्ट जी मीडिया। तब बठिंडा की यह तस्वीर असी तुहानू दिखाई है। उधर मानसा जिले में किसानों की खुदकुशियां के मामले हुण डराउण लगे ने। सरकारी अंकड़ों के हिसाब नाल पिछले 6 महीनों में 55 किसान खुदकुशी कर चुके ने। प्रशासन का कहना है कि उसने खुदकुशी कर चुके किसानों नूं मुआवजा दिता है, पर जी पंजाब हरियाणा हिमाचल की टीम ने ग्राउंड जीरो से हकीकत जानी तो सच कुछ होर ही सामने आया। रिपोर्ट देखो। जी नहीं लगता है, खड़ा नहीं आता, घरे नहीं रहा जाता, कि भाग जाने कि कुड़ी है नंगल उ भाग जाने कि मेरे पेखी है मान खेड़े दस दिन उत्थे भाग जाने। एक आपे मरिया नहीं आता भाई, जे मरिया जाता तो मर जा मैं तो मर। दर्द मुश्किल हंजुआ का सैलाब हुण रोज की गल है। नवी मुसीबत दे नाल उठना अते दम घुटन वालियां यादां विच टुट जाना हर दिन की कहानी है, क्योंकि एक मां दे सामने दो बेटियां दा गुजर जाना इंज ही नहीं हुंदा। कदे इस परिवार दे कोल 35 किले जमीन सी, पर कर्ज दे बोझ ने कुछ इस कदर मजबूर किया कि जमीन दा एक एक टुकड़ा जांदा रहा। 2009 विच वड्डे पुत्र ने खुदकुशी नूं गले लगाया तां 2 साल बाद छोटे बेटे ने तंगहाली विच मापियां दा साथ छड़ दिता। बहुत मुश्किल हो गया जी, दोहां दी रिश्त हो गई, ਮੈਂ ਕਮਾਈ ਚੱਲ ਕੋਈ ਕਰਦੀ, ਹੁਣ ਸਾਨੂੰ ਬਹੁਤ ਮੁਸ਼ਕਿਲ ਹੋ ਗਿਆ ਜੀ। ਕੋਈ ਸਹਾਰਾ ਨਹੀਂ, ਕੋਈ ਸਹਾਰਾ ਨਹੀਂ, ਜਾਣੇ 10 ਦਿਨ ਉੱਥੇ ਲਾਏ ਉਹਨੇ, 10 ਦਿਨ ਉੱਥੇ ਲਾਏ ਉਹਨੇ, ਤੁਰੇ। ਹੁਣ 2 ਲੋਕਾਂ ਦਾ ਇਹ ਬਜ਼ੁਰਗ ਪਰਿਵਾਰ ਕਿਵੇਂ ਤਿਵੇਂ ਗੁਜ਼ਾਰਾ ਕਰ ਰਿਹਾ ਹੈ। ਗੁਜ਼ਾਰੇ ਲਈ ਨਾ ਹੁਣ ਜ਼ਮੀਨ ਬਚੀ ਹੈ, ਨਾ ਪੈਸਾ, ਨਾ ਹੀ ਪੈਨਸ਼ਨ ਅਤੇ ਨਾ ਮੁਆਵਜ਼ੇ ਦੀ ਕੋਈ ਆਸ। ਪਿੰਡ ਦੇ ਸਰਪੰਚ ਨੇ ਵੀ ਆਪਣੀ ਕਾਗਜ਼ੀ ਖਾਨਾਪੂਰਤੀ ਕਰ ਦਿੱਤੀ ਹੈ, ਪਰ ਮੁਆਵਜ਼ੇ ਦਾ ਭਰੋਸਾ ਉਹਨਾਂ ਨੂੰ ਵੀ ਨਹੀਂ ਹੈ। ਜਿਹੜੇ ਛੋਟੇ ਦਿਲ ਵਾਲੇ ਉਹ ਮਤਲਬ ਨਹੀਂ ਸਹਾਰ ਸਕਦੇ, ਇਹਨੂੰ ਖੁਦਕੁਸ਼ੀ ਕਰ ਜਾਂਦੇ ਹੈ। ਅਸੀਂ ਲੋਕਾਂ ਨੂੰ ਸਮਝਾਉਂਦੇ ਵੀ ਹੈ ਵੀ ਕੋਈ ਗੱਲ ਨਹੀਂ, ਕੋਈ ਸਰਕਾਰ ਆਊਗੀ ਤਾਂ ਕਦੇ ਇਸ ਦਾ ਹੱਲ ਹੋਊਗਾ, ਤੁਸੀਂ ਖੁਦਕੁਸ਼ੀ ਨਾ ਕਰੋ। ਪਰ ਇਹਨਾਂ ਦੀ ਹਾਲਤ ਜਿਹੜੀ ਇਹਨਾਂ ਦੀ ਬਹੁਤ ਹੀ ਮਾੜੀ ਹੈ, ਕਿਉਂਕਿ ਦੋਨੇ ਬੇਟੇ ਇਹਨਾਂ ਦੇ ਜਿਹੜੇ ਖੁਦਕੁਸ਼ੀ ਕਰ ਗਏ। ਮਾਨਸਾ ਦੇ ਇਸ ਸੱਚ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਇੱਕ ਹੋਰ ਵਾਅਦੇ ਤੋਂ ਪਰਦਾ ਜ਼ਰੂਰ ਚੁੱਕਿਆ ਹੈ, ਪਰ ਬੇਪਰਦਾ ਹੋਣ ਦੇ ਲਈ ਅਜੇ ਕਈ ਕਿਸਾਨਾਂ ਦੇ ਦਰਦ ਦੀ ਦਾਸਤਾਨ ਬਾਕੀ ਹੈ। ਪੁਨੀਤ ਪਰਿੰਜਾ, ਜ਼ੀ ਮੀਡੀਆ, ਮਾਨਸਾ। ਇਸ ਪਰਿਵਾਰ ਦਾ ਦਰਦ ਸਮਝਿਆ ਜਾ ਸਕਦਾ ਹੈ। ਜ਼ੀ ਪੰਜਾਬ ਹਰਿਆਣਾ ਹਿਮਾਚਲ ਨੇ ਤਰਨ ਤਾਰਨ ਵਿੱਚ ਕਿਸਾਨਾਂ ਦੀ ਖੁਦਕੁਸ਼ੀ ਦਾ ਸੱਚ ਸਭ ਦੇ ਸਾਹਮਣੇ ਤੁਹਾਨੂੰ ਦਿਖਾਇਆ ਸੀ, ਅਤੇ ਹੁਣ ਅਸੀਂ ਤੁਹਾਨੂੰ ਮਾਨਸਾ ਵਿੱਚ ਕਿਸਾਨਾਂ ਦੀ ਖੁਦਕੁਸ਼ੀ ਦਾ ਸੱਚ ਦਿਖਾ ਰਹੇ ਹਾਂ। ਜ਼ੀ ਮੀਡੀਆ ਦੀ ਗਰਾਊਂਡ ਰਿਪੋਰਟ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਕਿਸਾਨਾਂ ਦਾ ਦਰਦ ਇੱਕ ਪਾਸੇ ਹੈ ਤਾਂ ਸਰਕਾਰਾਂ ਦੇ ਵਾਅਦੇ ਇੱਕ ਪਾਸੇ। ਰਿਪੋਰਟ ਦੇਖੋ। ਮਾਂ ਤਾਂ ਮਾਂ ਹੁੰਦੀ ਹੈ, ਪੁੱਤਰ ਦੇ ਨਾਮ ਤੇ ਹੀ ਜ਼ੁਬਾਨ ਖਾਮੋਸ਼ ਹੋ ਜਾਂਦੀ ਹੈ, ਜਜ਼ਬਾਤ ਝਲਕਦੇ ਨੇ, ਕਿਉਂਕਿ ਕਿਸਾਨ ਬੇਟੇ ਮਿੱਠੂ ਰਾਮ ਨੇ ਅਜੇ ਜ਼ਿੰਮੇਦਾਰੀ ਸੰਭਾਲੀ ਹੀ ਸੀ ਕਿ ਫਸਲ ਦੀ ਬਰਬਾਦੀ ਨੇ ਉਸਨੂੰ ਘਾਟੇ ਵਿੱਚ ਧੱਕ ਦਿੱਤਾ। ਮਿੱਠੂ ਰਾਮ ਨੇ 66,000 ਦਾ ਕਰਜ਼ ਲਿਆ, ਪਰ ਸਮੇਂ ਤੇ ਨਾ ਚੁਕਾਉਣ ਦੀ ਵਜ੍ਹਾ ਨਾਲ ਬੈਂਕ ਦੀ ਵਸੂਲੀ ਟੀਮ ਦਬਾਅ ਬਣਾਉਣ ਲੱਗੀ। 25 ਸਾਲ ਦੇ ਮਿੱਠੂ ਰਾਮ ਨੇ ਦਬਾਅ ਵਿੱਚ ਖੁਦਕੁਸ਼ੀ ਕਰ ਲਈ। 5 ਮਹੀਨੇ ਅਤੇ 4 ਸਾਲ ਦੇ ਬੇਟਿਆਂ ਦੀ ਜ਼ਿੰਮੇਦਾਰੀ ਪਤਨੀ ਅਤੇ 67 ਸਾਲ ਦੇ ਪਿਤਾ ਉੱਤੇ ਆ ਗਈ। ਪਤਨੀ ਨੇ ਸਰਕਾਰੀ ਮਦਦ ਦੀ ਆਸ ਲਗਾਈ, ਪਰ ਉਹ ਆਸ ਬੇਕਾਰ ਗਈ। ਗਏ ਸਰਕਾਰ ਕੋਲ ਗਏ ਸੀ, ਉਹਨਾਂ ਨੇ ਵਾਧੂ ਕੁਛ ਫਾਰਮ ਭਰੇ ਨੇ, ਵਾਧੂ ਜੀ ਕਿਤੇ ਪਾਸੇ ਨਹੀਂ ਆਏਗਾ, ਕੁਛ ਨਹੀਂ, ਨਾ ਜੀ ਕੁਛ ਨਹੀਂ ਆਏਗਾ। ਕਿਸਾਨ ਮਿੱਠੂ ਰਾਮ ਦੇ ਪਿਤਾ ਧਰਮਪਾਲ ਦੇ ਕੋਲ ਕੁੱਲ 10 ਕਨਾਲ ਜ਼ਮੀਨ ਹੈ। 2011 ਵਿੱਚ ਖੁਦਕੁਸ਼ੀ ਤੋਂ ਪਹਿਲਾਂ ਮਿੱਠੂ ਰਾਮ ਦੀ ਕਰਜ਼ ਦੀ ਰਕਮ ਵੱਧ ਕੇ 2 ਲੱਖ ਤੱਕ ਪਹੁੰਚ ਚੁੱਕੀ ਹੈ। ਸਬਜ਼ੀ ਵੇਚ ਕੇ 5 ਲੋਕਾਂ ਦਾ ਢਿੱਡ ਭਰਨ ਵਾਲੇ ਧਰਮਵੀਰ ਤੇ ਬੈਂਕ ਵਾਲੇ
ਕੁਰਕੀ ਦਾ ਦਬਾਅ ਬਣਾਉਣ ਲੱਗੇ ਨੇ। ਨੋਟਿਸ ਕਈ ਵਾਰ ਆ ਚੁੱਕਾ ਹੈ। ਅਜਿਹੇ ਵਿੱਚ 5 ਲੋਕਾਂ ਦਾ ਪੀੜਤ ਪਰਿਵਾਰ ਹੁਣ ਸਦਮੇ ਵਿੱਚ ਰਹਿਣ ਲੱਗਾ ਹੈ। ਤੇ ਵਾਹਨ ਦੀ 2-3 ਵਾਰੀ ਕੁਰਕੀ ਭੇਜਤੀ। 25 ਸਾਲ 'ਚ ਨੌਜਵਾਨ ਕਿਸਾਨ ਮਿੱਠੂ ਰਾਮ ਦੀ ਨਾਉਮੀਦੀ ਨੇ ਪਰਿਵਾਰ ਨੂੰ ਹੋਰ ਬੇਵਸ ਬਣਾ ਦਿੱਤਾ ਹੈ। ਪਰ ਜ਼ਿਲ੍ਹੇ ਦੇ ਡੀਸੀ ਸਾਹਿਬ ਕਹਿੰਦੇ ਨੇ ਕਿ ਕੋਈ ਪੈਂਡਿੰਗ ਕੇਸ ਨਹੀਂ, ਤਾਂ ਸੈਕਟਰੀ ਸਾਹਿਬ ਕਹਿੰਦੇ ਨੇ ਮੁਆਵਜ਼ਾ ਹਾਲਾਤਾਂ ਦੇ ਹਿਸਾਬ ਨਾਲ ਜ਼ਿਲ੍ਹਾ ਹੈੱਡਕੁਆਰਟਰ ਕਰਦਾ ਹੈ। ਸਾਧਾਰਣਤਃ ਜੋ ਕੇਸ ਦਿਖਤੇ ਹੈ, ਜਬ ਉਨਕੋ ਇਸ ਨਿਗਾਹ ਸੇ ਜਬ ਦੇਖਾ ਜਾਤਾ ਹੈ, ਉਹ ਸੁਸਾਈਡ ਥਾ ਔਰ ਉਸਕੇ ਜੋ ਕਾਰਨ ਹੈ, ਉਸਮੇ ਜੋ ਉਨ੍ਹੋਂਨੇ ਆਪਣੇ ਪਰੂਫਸ ਵਗੈਰਾ ਦੇਣੇ ਹੈ, ਜਬ ਉਹ ਸਭੀ ਫਾਰਮੈਲਿਟੀਜ਼ ਪੂਰੀ ਹੋਤੀ ਹੈ, ਤੋ ਹਮਾਰੀ ਤਰਫ ਸੇ ਏਕ ਵੀ ਕੇਸ ਲੰਬਿਤ ਨਹੀਂ ਰੱਖਾ ਜਾਤਾ। ਜੇ ਜ਼ਿਲ੍ਹਾ ਪ੍ਰਸ਼ਾਸਨ ਇਸ ਗੱਲ ਤੋਂ ਸੰਤੁਸ਼ਟ ਹੈ ਕਿ ਉਹਦੇ ਸੁਸਾਈਡ ਹੋਇਆ, 24 ਘੰਟੇ ਦੇ ਅੰਦਰ ਮੁਆਵਜ਼ਾ ਦਿੱਤਾ ਜਾ ਸਕਦਾ, ਕੋਈ ਦਿੱਕਤ ਨਹੀਂ ਹੋਵੇ। ਵਨੀਤ ਪਰਿੰਜਾ, ਜ਼ੀ ਮੀਡੀਆ, ਮਾਨਸਾ। ਇਹਨਾਂ ਪਰਿਵਾਰਾਂ ਦਾ ਦਰਦ ਸਮਝਿਆ ਜਾ ਸਕਦਾ ਹੈ। ਪਰਿਵਾਰ ਦੇ ਵਿੱਚੋਂ ਜੀ ਤੁਰ ਜਾਂਦਾ ਹੈ, ਫਿਰ ਕੀ ਹਾਲ ਹੁੰਦਾ, ਅਤੇ ਉਸ ਤੋਂ ਬਾਅਦ ਸਰਕਾਰੀ ਲਾਰੇ, ਸਰਕਾਰੀ ਦਫ਼ਤਰਾਂ ਦੇ ਚੱਕਰ ਸਮਝਿਆ ਜਾ ਸਕਦਾ। ਅੱਗੇ ਵੱਧਦੇ ਹਾਂ। DSMC ਨੇ ਦਿੱਲੀ ਦੇ ਸੀਸਗੰਜ ਗੁਰਦੁਆਰਾ ਸਾਹਿਬ ਦੇ ਬਾਹਰ ਪਾਣੀ ਦੀ ਛਬੀਲ ਵਾਲੀ ਥਾਂ ਤੋੜ ਦੇਣ ਦਾ ਵਿਰੋਧ ਕੀਤਾ, ਅਤੇ ਇਸ ਕਾਰਵਾਈ ਨੂੰ ਲੈ ਕੇ DSMC ਹਾਈਕੋਰਟ ਪਹੁੰਚ ਚੁੱਕੀ ਹੈ। ਰਿਪੋਰਟ ਦੇਖੋ ਅਤੇ ਫਿਲਹਾਲ ਲਈ ਮੈਨੂੰ ਇਜਾਜ਼ਤ ਦਿਓ। ਧੰਨਵਾਦ। ਦਿੱਲੀ ਦੇ ਚਾਂਦਨੀ ਚੌਂਕ ਵਿੱਚ MCD ਨੇ ਨਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ। ਇਸ ਦੌਰਾਨ ਇਤਿਹਾਸਕ ਗੁਰਦੁਆਰਾ ਸੀਸਗੰਜ ਸਾਹਿਬ ਦੇ ਫੁੱਟਪਾਥ ਦੇ ਨੇੜੇ ਵੀ ਨਜਾਇਜ਼ ਕਬਜ਼ੇ ਹਟਾਏ, ਜਦਕਿ DSGMC ਨੇ ਮੌਕੇ ਤੋਂ ਪਿਆਊ ਹਟਾਏ ਜਾਣ ਦੀ ਕੜੀ ਨਿੰਦਾ ਕੀਤੀ ਹੈ। DSGMC ਇਸ ਮਸਲੇ ਨੂੰ ਲੈ ਕੇ ਹਾਈਕੋਰਟ ਪਹੁੰਚ ਗਈ ਹੈ। DSGMC ਦੀ ਦਲੀਲ ਹੈ ਕਿ ਪਿਆਊ ਲੋਕਾਂ ਦੀ ਪਿਆਸ ਬੁਝਾਉਣ ਦੇ ਲਈ ਬਣਾਇਆ ਗਿਆ ਸੀ, ਜਦਕਿ MCD ਅਤੇ ਦਿੱਲੀ ਪੁਲਿਸ ਦੇ ਅਫਸਰਾਂ ਨੇ ਬਿਨਾਂ ਨੋਟਿਸ ਦਿੱਤੇ ਸਵੇਰੇ 6 ਵਜੇ ਕਾਰਵਾਈ ਨੂੰ ਅੰਜਾਮ ਦਿੱਤਾ। ਇੱਕ ਸਾਈਡ ਦੇ ਉੱਪਰ ਤੁਸੀਂ ਆ ਕੇ ਸਵੇਰੇ 6 ਵਜੇ ਔਰ ਡੈਮੋਲੂਸ਼ਨ ਸਟਾਰਟ ਕਰ ਦੋ। ਮੈਂ ਪੁੱਛਣਾ ਚਾਹੁੰਦਾ, ਐਸਾ ਕਿਹੜਾ ਵੱਡਾ ਮਸਲਾ ਬਣ ਗਿਆ ਸੀਗਾ ਕਿ ਸ਼ਾਮੀ ਦੁਪਹਿਰੇ ਕਿਸੇ ਟਾਈਮ ਵਿਦ ਇੰਡੀਮੇਸ਼ਨ ਜਾਂ ਚਿੱਠੀ ਪੱਤਰੀ ਨੋਟਿਸ ਦਿੱਤੇ ਬਿਨਾਂ ਤੁਸੀਂ ਇਹ ਨਹੀਂ ਕਰ ਸਕਦੇ ਸੀ। ਇਸ ਕਾਰਵਾਈ ਨੂੰ ਅੰਜਾਮ ਦੇਣ ਵਾਲੀ MCD ਅਤੇ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਦੇ ਖਿਲਾਫ਼ DSGMC ਨੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਰੱਖੀ ਹੈ। ਇੱਕ ਹੈਰੀਟੇਜ ਸਾਈਟ 350 ਸਾਲ ਤੋਂ ਜਿਹੜੀ ਬਣੀ ਹੋਈ ਹੈ, ਉਹ ਹੈਰੀਟੇਜ ਸਾਈਟ ਹੈ। ਉਹ MCD ਨੂੰ ਸਮਝਣਾ ਚਾਹੀਦਾ ਹੈ ਕਿ ਕੋਰਟ ਨੇ ਇਨਕਰੋਚਮੈਂਟ ਦਾ ਆਰਡਰ ਕੀਤਾ ਹੈ। ਇਨਕਰੋਚਮੈਂਟ ਔਰ ਹੈਰੀਟੇਜ ਸਾਈਟ ਦੇ ਅੰਦਰ ਕੀ ਫਰਕ ਹੈ? ਤੁਸੀਂ ਪਿਆਊ ਤੇ ਅਟੈਕ ਕੀਤਾ, ਅਸੀਂ MCD ਵਾਲਿਆਂ ਤੇ ਸਖਤ ਕਾਰਵਾਈ ਕਰਾਂਗੇ, ਦਿੱਲੀ ਪੁਲਿਸ ਤੇ ਸਖਤ ਕਾਰਵਾਈ ਕਰਾਂਗੇ ਜਿਨ੍ਹਾਂ ਨੇ ਸਾਰਾ ਦਾ ਸਾਰਾ ਇਲੀਗਲ ਕੰਮ ਕੀਤਾ। ਕਾਰਵਾਈ ਦੇ ਖਿਲਾਫ਼ ਹਾਈਕੋਰਟ ਪਹੁੰਚੀ DSGMC ਸਮਾਜ ਸੇਵਾ ਅਤੇ ਨਿੱਜੀ ਹਿੱਤ ਵਿੱਚ ਫਰਕ ਕਰਨ ਦੀ ਮੰਗ ਵੀ ਕਰ ਰਹੀ ਹੈ। ਪੰਕਜ ਕਪਾਹੀ, ਜ਼ੀ ਮੀਡੀਆ, ਦਿੱਲੀ।